ਦੇਖੋ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਪਰਿਵਾਰਾਂ ਦਾ ਨਾਲ ਏਡਾ ਵੱਡਾ ਹਾਦਸਾ ਵਾਪਰਿਆ, ਮੈਂ ਉਹਨਾਂ ਦੇ ਨਾਲ ਸਾਰਿਆਂ ਨਾਲ ਦੁੱਖ ਸਾਂਝਾ ਕਰਦਾ। ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਪਰਿਵਾਰਾਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਦੂਜੀ ਗੱਲ, ਮੈਂ ਡਿਮਾਂਡ ਕਰਦਾ ਇਮੀਜੀਏਟ ਐਕਸ਼ਨ, ਇਮੀਜੀਏਟ ਰਜਿਸਟ੍ਰੇਸ਼ਨ ਆਫ ਕੇਸ ਐਂਡ ਇਮੀਜੀਏਟ ਸੈਕਿੰਗ ਆਫ ਨਵਜੋਤ ਸਿੰਘ ਸਿੱਧੂ ਐਂਡ ਅਰੈਸਟ ਆਫ ਮਿਸਿਸ ਸਿੱਧੂ ਐਂਡ ਇੱਥੋਂ ਦੇ ਜਿਹੜੇ ਕਾਉਂਸਲਰ ਨੇ। ਬਾਰ ਬਾਰ ਇੱਥੋਂ ਮੰਗ ਚੱਲ ਰਹੀ ਹੈ, ਇੱਕ ਡਿਮਾਂਡ ਆ ਰਹੀ ਹੈ ਕਿ ਜਿਹਦੇ ਹਾਦਸਾ ਪਹਿਲਾਂ ਪਰਮਿਸ਼ਨ ਕਿਹਨੇ ਦਿੱਤੀ? ਰੇਲਵੇ ਲਾਈਨ ਦੇ ਨੇੜੇ ਕੌਣ ਇਸ ਤਰ੍ਹਾਂ ਦੇ ਇਹ ਦੁਸਹਿਰੇ ਦੇ ਪ੍ਰੋਗਰਾਮ ਕਰਾਉਂਦਾ? ਫਿਰ ਉਹ ਲੇਟ ਆਏ, ਲੇਟ ਆਉਣ ਤੋਂ ਬਾਅਦ ਜਦ ਹਾਦਸਾ ਵਾਪਰਦਾ ਹੈ, ਇੱਥੇ ਉਹਨਾਂ ਪਰਿਵਾਰਾਂ ਦੇ ਨਾਲ ਮਦਦ ਕਰਨ ਦੀ ਜਗ੍ਹਾ ਮਿਸਿਸ ਸਿੱਧੂ ਅਤੇ ਉਹ ਕਾਉਂਸਲਰ ਮਿੱਠੂ ਮਦਾਨ ਇੱਥੋਂ ਫਰਾਰ ਹੋ ਜਾਂਦੇ। ਉਹ ਇਹਨਾਂ ਕਿਹਨੇ ਪਰਮਿਸ਼ਨ ਦਿੱਤੀ, ਕਿਉਂ ਪਰਮਿਸ਼ਨ ਦਿੱਤੀ, ਉਹਦੇ ਖਿਲਾਫ ਐਕਸ਼ਨ, ਰਜਿਸਟ੍ਰੇਸ਼ਨ ਆਫ ਕੇਸ ਅਤੇ ਨਵਜੋਤ ਸਿੰਘ ਸਿੱਧੂ ਦੀ ਆਪਣਾ ਹਲਕਾ, ਉਹਨਾਂ ਦੀ ਵੱਡੀ ਜ਼ਿੰਮੇਵਾਰੀ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਹੋਇਆ ਸੀ, ਪ੍ਰਸ਼ਾਸਨ ਨੂੰ ਝੁਕਣਾ ਪਿਆ ਇੱਥੇ ਪ੍ਰੋਗਰਾਮ ਕਰਾਉਣ ਲਈ, ਅਤੇ ਉਹਨਾਂ ਦੀ ਇਮੀਜੀਏਟ ਡਿਸਮਿਸਲ, ਇਲਾਜ ਅਤੇ ਇਹਨਾਂ ਪਰਿਵਾਰਾਂ ਨੂੰ ਕੰਪਨਸੇਸ਼ਨ, ਇਹ ਮੈਂ ਇਮੀਜੀਏਟ 100% ਕੰਪਨਸੇਸ਼ਨ ਜਿਵੇਂ ਇਹਨਾਂ ਨੇ ਦੇਣੀ ਸ਼ੁਰੂ ਕੀਤੀ ਹੈ, ਵੱਡੀ ਕੰਪਨਸੇਸ਼ਨ ਇਹਨਾਂ ਪਰਿਵਾਰਾਂ ਨੂੰ ਦੇਣ, ਕਿਉਂਕਿ ਪਰਿਵਾਰ ਦੇ ਪਰਿਵਾਰ ਸਫਾਇਆ ਹੋ ਗਏ। ਕਿਸੇ ਦਾ ਜਿਹੜਾ ਕਮਾਈ ਕਮਾਉਣ ਦਾ ਸਾਧਨ ਸੀ, ਕਮਾਊ ਪੁੱਤ ਸੀ, ਕਮਾਊ ਧੀ ਸੀ, ਉਹ ਅੱਜ ਖਤਮ ਹੋ ਗਿਆ। ਐਡਾ ਵੱਡਾ ਹਾਦਸਾ ਵਾਪਰਿਆ ਅਣਗਹਿਲੀ ਕਰਕੇ, ਇਰਰਿਸਪੋਂਸੀਬਲ ਐਕਟ ਕਰਕੇ। ਮੈਂ ਇਮੀਜੀਏਟ ਐਕਸ਼ਨ ਅਤੇ ਡਿਸਮਿਸਲ ਡਿਮਾਂਡ ਕਰਦਾ ਨਵਜੋਤ ਸਿੰਘ ਸਿੱਧੂ ਦੀ ਐਂਡ ਰਜਿਸਟ੍ਰੇਸ਼ਨ ਆਫ ਕੇਸ ਅਗੇਂਸਟ ਕਾਉਂਸਲਰ ਐਂਡ ਜੋਰੇ ਲੋਕ ਇੱਥੇ ਪ੍ਰਬੰਧਕ ਪ੍ਰੈਜੈਂਟ ਸੀ, ਜਿਨ੍ਹਾਂ ਦੀ ਅਣਗਹਿਲੀ ਕਰਕੇ ਹਾਦਸਾ